ਅਗਰ ਸਿਮਰਜੀਤ ਮਾਨ ਨੇ ਇਹ ਗੱਲ ਕਹੀ ਹੈਗੀ ਹੈ ਇਹ ਸ਼ਰਮਨਾਕ ਗੱਲ ਹੈ ਕਿ ਇੱਕ ਲੜਕੀ ਦੇ ਬਾਰੇ ਇਹ ਕਹਿ ਦੇਣਾ ਕਿ ਉਹ ਜਿਆਦਾ ਐਕਸਪੀਰੀਅੰਸ ਹੈ ਰੇ ਦਾ ਹਾਲਾਂਕਿ ਜਿਹੜੇ ਕੰਗਰਾ ਹੈਗੀ ਹੈ ਉਸ ਨੇ ਵੀ ਬਹੁਤ ਹੀ ਗਲਤ ਬਿਆਨ ਕਿਸਾਨਾ ਲਈ ਦਿੱਤੇ ਗਏ ਨੇ ਕਸੂਰ ਕੰਗਰਾ ਦਾ ਵੀ ਹੈ ਲੇਕਿਨ ਸਿਮਰਜੀਤ ਮਾਨ ਨੇ ਜੋ ਵੀ ਕੁਝ ਕੀਤਾ ਹੈ ਐਜ਼ ਅ ਔਮਨ ਫੋਰ ਹਰ ਰਿਸਪੈਕਟ ਦੇ ਲਈ ਥਿਸ ਇਜ਼ ਵੈਰੀ ਵੈਰੀ ਵਰਗ ਇਹ ਬਿਆਨ ਆਇਆ ਹੈ ਕਾਫੀ ਵਿਵਾਦਿਤ ਬਿਆਨ ਜਿਹੜਾ ਹੈਗਾ ਉਹ ਦੇਖਿਆ ਜਾ ਰਿਹਾ ਹੈ ਲਗਾਤਾਰ ਹੁਣ ਇਹ ਸ਼ੁਰੂ ਵੀ ਹੋ ਚੁੱਕਿਆ ਹੈ ਇਹਦੇ ਪੋਲਿਟੀਕਲ ਰਿਐਕਸ਼ਨ ਵੀ ਆਨ ਸ਼ੁਰੂ ਹੋ ਗਏ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ ਕਿ ਜਿਸ ਤਰ ਦੇਖੋ ਪੋਲੀਟੀਕਲ ਮੇਰੀ ਕੋਈ ਸਟੇਟਮੈਂਟ ਨਹੀਂ ਹੈ ਇਹਦੇ ਉੱਤੇ ਲੇਕਿਨ ਮੇਰੀ ਇੱਕ ਸਟੇਟਮੈਂਟ ਡੈਫੀਨਿਟਲੀ ਫਾਰ ਅ ਔਰ ਅਗਰ ਸਿਮਰਜੀਤ ਮਾਨ ਨੇ ਇਹ ਗੱਲ ਕਹੀ ਹੈਗੀ ਇਹ ਸ਼ਰਮਨਾਕ ਗੱਲ ਹੈ ਕਿ ਇੱਕ ਲੜਕੀ ਦੇ ਬਾਰੇ ਇਹ ਕਹਿ ਦੇਣਾ ਕਿ ਉਹਨੂੰ ਜਿਆਦਾ ਐਕਸਪੀਰੀਅנס ਆ ਰੇਪ ਦਾ ਹਾਲਾਂਕਿ ਜਿਹੜੀ ਕੰਗਨਾ ਹੈਗੀ ਐ ਉਸਨੇ ਵੀ ਬਹੁਤ ਹੀ ਗਲਤ ਬਿਆਨ ਕਿਸਾਨਾਂ ਲਈ ਦਿੱਤੇ ਗਏ ਨੇ ਜੋ ਵੀ ਉਹਨੇ ਬਿਆਨ ਦਿੱਤੇ ਨੇ ਕਿਸਾਨਾਂ ਦੇ ਲਈ ਕਿ ਉਹ ਅਗਰ ਉੱਥੇ ਕੋਈ ਗਵਰਨਮੈਂਟ ਦੂਜੀ ਜਿਹੜੀ ਗਵਰਨਮੈਂਟ ਆ ਉਹਨੂੰ ਲੁੱਕ ਆਫਟਰ ਕਰਦੀ ਤਾਂ ਕਿਸਾਨ ਲਈ ਬਹੁਤ ਹੀ ਸ਼ਰਮਨਾਕ ਗੱਲ ਹੈ ਚੰਡੀਗੜ੍ਹ 에ਅਰਪੋਰਟ ਦੇ ਉੱਤੇ ਵੀ ਜਦੋਂ ਕੰਗਨਾ ਰਿਨੋਟ ਨੂੰ ਇੱਕ ਲੜਕੀ ਨੇ ਜੋ ਉਹਦੇ ਨਾਲ ਕੀਤਾ ਸੀਗਾ ਸਲੂਕ ਉਹ ਵੀ ਇਸੇ ਰੋਸ ਦੇ ਨਾਲ ਕੀਤਾ ਸੀਗਾ ਕਿ ਕੰਗਰਾਂ ਨੇ ਕਿਸਾਨਾਂ ਦੇ ਲਈ ਬਹੁਤ ਗਲਤ ਬਿਆਨ ਕੀਤੇ ਨੇ ਕਸੂਰ ਕੰਗਰਾਂ ਦਾ ਵੀ ਹੈ ਲੇਕਿਨ ਸਿਮਰਜੀਤ ਮਾਨ ਨੇ ਜੋ ਵੀ ਕੁਝ ਕੀਤਾ ਹੈ ਐਜ਼ ਅ ਔਮਨ ਫਾਰ ਆਲ ਦੇ ਰਿਸਪੈਕਟ ਦੇ ਲਈ ਥਿਸ ਇਜ਼ ਵੈਰੀ ਵੈਰੀ ਰੋਂਗ ਮੈਮ ਕੋਲਕਾਤਾ ਤਾਂ ਜਿਸ ਤਰ੍ਹਾਂ ਦਾ ਹੋਇਆ ਇੱਕ ਡਾਕਟਰ ਲੇਡੀ ਦੇ ਨਾਲ ਜਿਸ ਤਰ੍ਹਾਂ ਰੇਪ ਦੀ ਘਟਨਾ ਹੋਈ ਪੂਰੇ ਦੇਸ਼ ਦੇ ਵਿੱਚ ਡਾਕਟਰਸ ਦੀ ਸਟ੍ਰਾਈਕ ਚੱਲੀ ਕਿਉਂਕਿ ਬਹੁਤ ਸੈਂਸਿਟਿਵ ਜਿਹੜੀ ਇਹ ਚੀਜ਼ਾਂ ਹੁੰਦੀ ਹੈ ਕਿਸੇ ਤਰ੍ਹਾਂ ਦੀ ਬਿਆਨਬਾਜ਼ੀ ਕਰਨ ਵਾਸਤੇ ਕਿਉਂਕਿ ਅੱਜ ਦੀ ਜਿਹੜੀ ਕਿਉਂਕਿ ਸਿਮਰਜੀਤ ਮਾਨ ਦਾ ਬੜਾ ਇਹਦੇ ਵਿੱਚ ਕਿਹਾ ਗਿਆ ਸੀਗਾ ਕਿ ਕਾਫੀ ਤਜਰਬਾ ਆਇਆ ਇਸ ਤਰ੍ਹਾਂ ਦੀ ਚੀਜ਼ਾਂ ਜਿਹੜੀ ਹੈ ਕਹੀ ਗਈ ਹੈ ਇਸ ਨੂੰ ਲੈ ਕੇ ਕਿਉਂਕਿ ਇੱਕ ਤਰਫ ਤਾਂ ਤੁਸੀਂ ਲਗਾਤਾਰ ਅਵੇਅਰਨੈਸ ਵੀ ਕਰਦੇ ਹੋ ਲਗਾਤਾਰ ਤੁਹਾਡੀ ਕੋਰਟ ਚੱਲ ਰਹੀ ਹੈ ਕਈ ਕੇਸਿਸ ਤੁਹਾਡੇ ਕੋਲ ਪਹੁੰਚਦੇ ਆ ਤਾਂ ਕਿਤੇ ਨਾ ਕਿਤੇ ਬਹੁਤ ਅਹਿਮ ਹੋ ਜਾਂਦਾ ਹੈ ਬਹੁਤ ਹੀ ਅਹਿਮ ਹੈ ਜਿਹੜੀ ਰੇਪ ਕੇਸਸ ਨੇ ਜੋ ਵੀ ਹੈ ਇਹ ਬਹੁਤ ਹੀ ਜ਼ਿਆਦਾ ਵਧਦੇ ਵੀ ਜਾ ਰਹੇ ਨੇ ਲੇਕਿਨ ਮੈਨੂੰ ਬੜੀ ਖੁਸ਼ੀ ਹੈ ਕਿ ਪ੍ਰਾਈਮ ਮਿੰისტਰ ਨੇ ਜਦੋਂ ਇਹ ਗੱਲ ਕਹੀ ਕਿ ਰੇਪ ਦੇ ਮਾਮਲੇ ਦੇ ਵਿੱਚ ਕੁਝ ਵੀ ਟੋਲਰੇਟ ਨਹੀਂ ਕੀਤਾ ਜਾਏਗਾ ਆਮ ਵੈਰੀ ਹੈਪੀ ਕਿ ਪ੍ਰਾਈਮ ਮਿੰისტਰ ਨੇ ਇਹ ਗੱਲ ਕਹੀ ਹੈ ਲੇਕਿਨ ਐਟ ਦਾ ਸੇਮ ਟਾਈਮ ਆਮ ਵੈਰੀ ਸੈਡ ਕਿ ਇਹੀ ਪ੍ਰਾਈਮ ਮਿੰისტਰ ਸਾਹਿਬ ਨੇ ਜਦੋਂ ਹਰਿਆਣਾ ਦੇ ਇਹ ਪਲੇਅਰਸ ਦੇ ਨਾਲ ਕਬੱਡੀ ਪਲੇਅਰਸ ਦੇ ਨਾਲ ਵੋਲੇਸਟੇਸ਼ਨ ਹੋ ਰਹੀ ਸੀ ਉਹਨਾਂ ਦੇ ਆਪਣੇ ਪਾਰਟੀ ਦੇ ਬੰਦੇ ਕਰ ਰਹੇ ਸੀ ਉਸ ਟਾਈਮ ਦੇ ਉੱਤੇ ਉਹ ਕਿਉਂ ਨਹੀਂ ਬੋਲੇ ਬਿਲਕੁਲ ਠੀਕ ਹੈ ਔਰ ਬੜੇ ਹੋਰ ਕੇਸਸ ਨੇ ਜਿਹੜੇ ਕਿ ਇਨਵੋਲ ਨੇ ਬੀਜਪੀ ਦੇ ਕਾਫੀ ਮੰਤਰੀ ਇਨਵੋਲ ਨੇ ਚੀਜ਼ਾਂ ਦੇ ਕੇਸਸ ਦੇ ਅੰਦਰ ਉਹਦੇ ਉੱਤੇ ਵੀ ਬੋਲਣਾ ਚਾਹੀਦਾ ਸੀਗਾ ਕੰਗਨਾ ਰਣਰਾਟ ਨੇ ਜਦੋਂ ਇੱਕ ਕਿਸਾਨਾਂ ਦੇ ਲਈ ਗੱਲ ਕਹੀ ਸੀ ਉਦੋਂ ਰੈਪ੍ਰੀਮੈਂਡ ਕਰਨਾ ਚਾਹੀਦਾ ਸੀ ਕਿ ਇਹ ਕਿਉਂ ਇਹੋ ਜਿਹੀ ਗੱਲ ਕਿਸਾਨਾਂ ਦੇ ਲਈ ਕਹਿ ਰਹੀ ਆ ਕਿਸਾਨ ਹੈ ਕੌਣ ਤੁਹਾਡੇ ਅੰਨਦਾਤਾ ਨੇ ਕਿਸਾਨ ਤੁਹਾਡੇ ਜਿਹੜੇ ਪੂਰੇ ਦੇਸ਼ ਨੂੰ ਪਾਲ ਰਹੇ ਨੇ ਤੁਹਾਡੇ પેટ ਨੂੰ ਪਾਲ ਰਹੇ ਨੇ ਔਰ ਉਸ ਦੇ ਖਿਲਾਫ ਇਹੋ ਜੀ ਗੱਲ ਕਰਨੀ ਕੰਗਰਾਂ ਦੇ ਲਈ ਬਹੁਤ ਹੀ ਸ਼ਰਮਨਾਕ ਗੱਲ ਹੈ ਔਰ ਜਿਹੜੇ ਰੇਪ ਕੇਸਸ ਨੇ ਡੈਫੀਨੇਟਲੀ ਇਹਦੇ ਉੱਤੇ ਸਟ੍ਰਿਕ ਲਾਜ਼ ਆਣੇ ਚਾਹੀਦੇ ਨੇ ਔਰ ਗਵਰਨਮੈਂਟ ਨੂੰ ਵੀ ਸੀਰੀਅਸਨੈਸ ਲੈਣੀ ਚਾਹੀਦੀ ਹੈ ਐਸੇ ਐਗਜ਼ੈਂਪਲਰੀ ਪਨਿਸ਼ਮੈਂਟ ਦੇਣੀ ਚਾਹੀਦੀ ਹੈ ਕੇ ਇਸ ਤੋਂ ਸਬਕ ਮਿਲੇ ਕਿ ਕੋਈ ਦੂਜਾ ਬੰਦਾ ਇਹ ਕਰ ਨਾ ਸਕੇ ਮੈਮ ਅੱਜ ਜਿਹੜਾ ਬਿਆਨਬਾਜ਼ੀ ਹੋਈ ਹੈ ਜਿਸ ਤਰ੍ਹਾਂ ਦਾ ਸ਼ਰਮਨਾਕ ਬਿਆਨ ਦਿੱਤਾ ਹੈ ਉਨ ਮਹਿਲਾ ਕਮਿਸ਼ਨ ਵੱਲੋਂ ਵੀ ਕਿਸੇ ਤਰ੍ਹਾਂ ਦਾ ਕੋਈ ਸੂਮੋਟੋ ਜਾਂ ਕਿਸੇ ਤਰ੍ਹਾਂ ਦੀ ਰਿਐਕਸ਼ਨ ਦੀ ਡੈਫੀਨਿਟਲੀ ਮੈਂ ਹੁਣ ਇਸ ਦੇ ਉੱਤੇ ਕਿਉਂਕਿ ਅਮੈਂ ਅੱਜ ਕੋਰਟ ਕੇਸਸ ਸੀਗੇ ਆਈ ਵਾਸ ਬਿਜ਼ੀ ਇਨ 댓 ਬਟ ਜਿਹੜੀ ਹੁਣ ਸਿਮਰਨਜੀਤ ਮਾਨ ਦੀ ਜੋ ਇਹਦੀ ਆਈ ਬਿਆਨ ਆਇਆ ਹੈ ਜੈਨ ਇਟ will not be tolerated ਬਿਕਾਉਸ ਥਿਸ ਇਸ ਨਾਟ ਅਗੇਂਸਟ ਓਨਲੀ ਕੰਗਰਸ ਥਿਸ ਇਸ ਅਗੇਂਸਟ ਦਾ ਵੂਮਨ ਰਿਸਪੈਕਟ ਆਈ will definitely take an oath of it ਬਹੁਤ ساری ਚੀਜ਼ਾਂ ਨੇ ਗੁਰਜੋਤ ਜਿੱਦਾ ਮੈਮ ਨੇ ਵੀ ਕਿਹਾ ਕਿ ਇਹਦੇ ਤੇ ਜ਼ਰੂਰ ਜਿਹੜਾ ਹੈਗਾ ਸੂਮੋਟੋ ਲਿਤਾ ਜਾਏਗਾ ਜਿਸ ਤਰ੍ਹਾਂ ਦੇ ਵੀ ਜਿਹੜੀ ਕਾਨੂੰਨੀ ਸਲਾਹ ਲੈ ਕੇ ਜਿਹ ਅੱਜ ਦਾ ਜਿਹੜਾ ਬਿਆਨ ਹੈ ਕਾਫੀ ਸ਼ਰਮਨਾਕ ਬਿਆਨ ਹੈ ਔਰ ਇਹ ਹੁਣ ਕਾਫੀ ਜਿਹੜਾ ਵਿਵਾਦਿਤ ਬਿਆਨ ਵੀ ਹੈ ਜਿੱਦਾਂ ਮੈਂ ਨਹੀਂ ਵੀ ਕਿਹਾ ਕੋਲਕਾਤਾ ਦੇ ਦੇ ਵਿੱਚ ਜਿਸ ਤਰ੍ਹਾਂ ਦੀ ਚੀਜ਼ਾਂ ਹੋਈ ਪਿਛਲੇ ਦਿਨਾਂ ਡਾਕਟਰ ਸਟ੍ਰਾਈਕ ਤੇ ਗਏ ਕਾਫੀ ਵਿਵਾਦ ਹੋਇਆ ਚੀਜ਼ਾਂ ਨੂੰ ਲੈ ਕੇ ਲੇਡੀ ਦੀ ਸੁਰੱਖਿਆ ਨੂੰ ਲੈ ਕੇ ਸਿਕਿਉਰਟੀ ਨੂੰ ਲੈ ਕੇ ਔਰ ਕਿਉਂਕਿ ਮਹਿਲਾ ਕਮਿਸ਼ਨ ਗੁਰਜੋਤ ਇੱਕ ਇਸ ਤਰ੍ਹਾਂ ਦਾ ਆ ਇੱਕ ਕਹਿ ਸਕਦੇ ਕਿ ਇੱਕ ਪੂਰਾ ਕਮਿਸ਼ਨ ਹੈ ਜੋ ਕਿ ਜਿਹੜੀ ਵੀ ਮਹਿਲਾਵਾਂ ਦੇ ਨਾਲ ਅਤਿਆਚਾਰ ਹੁੰਦਾ ਹੈ ਜਾਂ ਕਿਸੇ ਤਰ੍ਹਾਂ ਦੀ ਕੋਈ ਗਲ ਚੀਜ਼ ਹੁੰਦੀ ਹੈ ਕਿਸੇ ਤਰ੍ਹਾਂ ਦੇ ਕੋਈ ਹੋਰ ਜਿਹੜਾ ਹੈਗਾ ਉਹ ਹੁੰਦਾ ਹੈ ਤਾਂ ਉਸ ਨੂੰ ਲੈ ਕੇ ਪੂਰਾ ਸਖਤ ਐਕਸ਼ਨ ਲਿਤਾ ਜਾਂਦਾ ਹੈ ਸੂ ਮੋਟੋ ਲਿਤਾ ਜਾਂਦਾ ਹੈ ਐਕਸ਼ਨ ਲਿਤਾ ਜਾਂਦਾ ਹੈ ਉਸ ਨੂੰ ਲੈ ਕੇ ਲਗਾਤਾਰ ਅ ਲਲੀ ਮੈਮ ਕਿਉਂਕਿ ਬਹੁਤ ਜ਼ਰੂਰੀ ਹੋ ਜਾਂਦਾ ਹੈ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿਉਂਕਿ ਇੱਕ ਸ਼ਰਮਨਾਕ ਹੈ ਔਰ ਕਾਫੀ ਜਿਹੜਾ ਹੈਗਾ ਇਹਦਾ ਵਿਰੋਧ ਵੀ ਜਰੂਰ ਜਿਹੜਾ ਹੈਗਾ ਦੂਜੇ ਪਾਸੇ ਦੇਖਣ ਨੂੰ ਮਿਲ ਰਿਹਾ ਹੈ ਤੇ ਮਹਿਲਾ ਕਮਿਸ਼ਨ ਵੱਲੋਂ ਕਿਉਂਕਿ ਤੁਹਾਡੇ ਕੋਲ ਲਗਾਤਾਰ ਇਸ ਤਰ੍ਹਾਂ ਦੇ ਕੇਸਿਸ ਵੀ ਆਉਂਦੇ ਰੇਪ ਪੀੜਿਤ ਵੀ ਆਉਂਦੇ ਜਾਂ ਫਿਰ ਵਿਕਟਿਮਸ ਆਉਂਦੇ ਐ ਅਕਿਊਜ਼ਡ ਦੇ ਨਾਲ ਤੁਹਾਡਾ ਰਾਫਤਾ ਹੁੰਦਾ ਹੈ ਲੇਕਿਨ ਕਿਤੇ ਨਾ ਕਿਤੇ ਬਿਆਨਾ ਨੂੰ ਲੈ ਕੇ ਬਹੁਤ ਕਹਿ ਸਕਦੇ ਐ ਕਿ ਬਹੁਤ ਚੀਜ਼ ਦੇ ਦੇਖੋ ਇਹ ਜਿਹੜਾ ਕੇਸ ਹੈਗਾ ਦਿਸ ਮੈਟਰ ਇਜ਼ ਅ ਸੀਰੀਅਸ ਮੈਟਰ ਆਫ ਅ ਰੇਪ ਅਲੀਗੇਸ਼ਨਸ ਆਫ ਦਾ ਰੇਪ ਇਹਦੇ ਲਈ ਪੋਲਿਟিক্যাল ਮਾਈਲੇਜ ਨਹੀਂ ਲੈਣੀ ਚਾਹੀਦੀ ਕਿਸੇ ਨੂੰ ਇਹਦੇ ਉੱਤੇ ਠੀਕ ਹੈ ਔਰ ਅਗਰ ਕੋਈ ਵੀ ਪੋਲਿਟিক্যাল ਮੈਂਬਰ ਇਸ ਦੀ ਮਾਈਲੇਜ ਲੈਂਦਾ ਉਸਦੇ ਉੱਤੇ ਉਹਦੇ ਉੱਤੇ ਤਾਂ ਕੇਸ ਬਣਨਾ ਚਾਹੀਦਾ ਇਸ ਚੀਜ਼ ਦੇ ਉੱਤੇ ਆਈ ਵਿਲ ਡੈਫੀਨਟਲੀ ਟੇਕ ਐਕਸ਼ਨ ਔ